ਇਹਨਾਂ ਕੋਲੇ ਬਹੁਤ ਵੱਡਾ ਗਿਆਨ ਹੈ। ਬਹੁਤ ਸਾਰੇ ਲੋਕ ਕਹਿੰਦੇ ਸੀਗੇ ਕਿ ਇਹਨਾਂ ਦਾ ਨੰਬਰ ਦਿਓ ਤੇ ਇਹਨਾਂ ਦਾ ਪਤਾ ਕੀ ਹੈ। ਬਾਬਾ ਜੀ ਤੁਸੀਂ ਆਪਣਾ ਪਤਾ ਤੇ ਨੰਬਰ ਦਿਓ। ਪਤਾ ਤਾਂ ਸੇਕ ਹੈ ਸਾਡਾ ਪਿੰਡ ਸੇਕੇ ਸੇਕੇ ਪਿੰਡ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਦਾ ਪੱਤੀ ਵਿਹੜਾ ਮਹੱਲਾ ਕੀ ਹੈ ਸਾਡਾ? ਇੱਕੋ ਹੀ ਵਿਹੜਾ ਮਹੱਲਾ ਜਲਦੀ ਸਾਡਾ ਜਿਹੜਾ ਮੇਰੇ ਕੋਲ ਆਉ ਜਿਵੇਂ ਬਲਾਕ ਹੋਇਆ। ਕੋਈ ਫੋਨ ਨੰਬਰ ਹੈਗਾ? ਫੋਨ ਨੰਬਰ ਹੈ घंटे मगरू भुल जा ਜਾਂ ਕਈ ਵਾਰੀ ਜੁੱਤੀ ਲਾ ਕੇ ਕਿਤੇ ਧਰਦੀ ਦੋ ਤਿੰਨ ਘੰਟਿਆਂ ਮਗਰੂ ਜੇ ਜਾਣਾ ਪਰ ਸੰਸਰਤਾਲੀ ਦਾ ਪਹਿਲਾਂ ਇੱਕ ਸਾਲ ਜਿਹੜੀ ਸਾਡੇ ਨਾਲ ਬੀਤੀ ਹੈ ਸੰਸਰਤਾਲੀ ਦਾ 70 ਸਾਲ ਹੋਏ ਕਿੰਨੇ ਜਿਹੜੀ ਸਾਡੇ ਨਾਲ ਬੀਤੀ ਉਹ ਗੱਲ ਆਹ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੁਣ ਇਹ ਸਾਰਾ ਸੀ ਸੰਸਰਤਾਲੀ ਵਾਲੇ ਦੇਖ ਰਹੇ। ਆਹ ਦੇਖੋ ਹੁਣ ਸਾਨੂੰ ਕੋਈ ਇੱਥੇ ਪੁੱਛ ਨਹੀਂ। ਕਿੰਨੀ ਉਮਰ ਹੋ ਗਈ ਬਾਬਾ ਜੀ ਦੁਬਾਰਾ ਉਸੇ ਕੋਲ? ਮੇਰੀ ਉਮਰ ਜੀ ਦੇਖੋ ਪਾਕਿਸਤਾਨ ਬਣ ਤੋਂ ਪਹਿਲਾਂ ਇੱਕ ਸਾਲ ਮੈਨੂੰ ਪਤਾ ਗੁੜ ਖਾਂਦੇ ਹੁੰਦੇ ਘਲਾਰੀਆਂ ਮੋਜਾਂ ਮਾਰਨੀਆਂ ਘੋੜੀਆਂ ਤੇ ਜਾਣਾ ਨਾਨਕਿਆਂ ਨੂੰ ਖੁੱਲਿਆ ਕੀ ਆਉ ਤੇ ਆਪਾਂ ਨਾਮ ਲਾ ਲਾ ਚਲੋ ਨਾਲ। ਕਿੰਨੇ ਦਿਨ ਹੋ ਗਏ ਤਿਆਰ ਨੂੰ ਸਾਨੂੰ ਇੱਥੇ? ਅਸੀਂ ਆਇਆ 26 ਤਰੀਕ। ਅੱਛਾ ਉਹਦੇ ਤੇ ਗਏ। ਇਸ ਮਾਹੌਲ ਨੂੰ ਸਾਰੇ ਸੰਘਰਸ਼ ਨੂੰ ਕਿੱਦਾਂ ਦੇਖਦੇ ਤੁਸੀਂ? ਮੈਂ ਤਾਂ ਕਹਿਣਾ ਵੀ ਇਹ ਮਾਹੌਲ ਆਇਆ ਵੀ ਜਿਹੜਾ ਮੋਦੀ ਹੈ ਦੇਖੋ ਮੈਂ ਦਿਲੋਂ ਕਹਿਣਾ ਵੀ ਮੋਦੀ ਨੂੰ ਇਹਨਾਂ ਦੇ ਬੰਦੇ ਸਾਂਭ ਲੈਣ ਨੂੰ ਚੰਗਾ ਕੰਮ। ਆਹ ਜਿਹੜਾ ਆਪਣਾ ਕੰਮ ਹੈ ਇਹ ਤਾਂ ਹੋ ਗਿਆ ਵੀ ਜਿਹੜੀ ਆਪਣੀ ਦਿੱਲੀ ਹੈ ਇਹਦੀ ਰਾਜਧਾਨੀ ਮੈਨੂੰ ਮੈਂ ਤਾਂ ਕੋਈ ਹੋਰ ਹੀ ਬਣ। ਦੇਖੋ ਜਿਹੜੀ ਮੇਰੀ ਸੋਚਣ ਇਹਦਾ ਨਾਂ ਤਾਂ ਇਹਦਾ ਨਾਂ ਹੀ ਹੋਰ ਧਰਿਆ ਜਾਊਗਾ ਕੋਈ ਦਿੱਲੀ ਦੇ ਨਾਂ ਦਾ ਕੋਈ ਹੋਰ ਹੀ ਨਾਂ ਤਾਂ ਲੈ ਜਿਹੜਾ ਮਾਹੌਲ ਆ ਦਿੱਲੀ ਦਾ ਨਾਂ ਤਾਂ ਮੈਨੂੰ ਮੁਸ਼ਕਲ ਹੈ ਵੀ ਜੇ ਰਹਿ ਜਾਵੇ ਦਿੱਲੀ ਦਾ ਇੱਥੇ ਤਾਂ ਹੀ ਜਾਂਦੀ ਮਾਹੌਲ ਹੁਣ ਤੱਕ ਜੋ ਜੋ ਤੁਸੀਂ ਨੇ ਹੰਡਾਇਆ ਉਹ ਦੱਸੋਗੇ? ਹਾਂ ਪੁੱਛੋ ਸਾਨੂੰ ਕੀ ਤੁਸੀਂ ਆਪਣੇ ਆਪ ਦੱਸੋ। ਅਸੀਂ ਦੇਖੋ ਜੀ ਅਸੀਂ ਦੁੱਖ ਵਡਾਉਣਾ ਹੈ ਜਿੰਨਾ ਵੀ ਕਹਿ ਦਿਓ ਪਰ ਉਹਨਾਂ ਉਹਨਾਂ ਦੁੱਖਾਂ ਨਾਲੋਂ ਅੱਜ ਉਹ ਭੁੱਲ ਕੇ ਆਹ ਵੱਡਾ ਦੁੱਖ ਜਿਹੜੇ ਸਾਨੂੰ ਚਿੰਬੜ ਗਏ ਉਹਦੇ ਅਸੀਂ ਸਿੱਧੇ ਸਾਡੇ ਜੱਟ ਕਮਾਉਣ ਵਾਲੇ ਨਾ ਸਾਨੂੰ ਹਿਸਾਬ ਦਾ ਪਤਾ ਵੀਹ ਥਾਈ ਗਿਣਿਆ ਜਾਂਦਾ ਗਾਂ ਗਿਣਿਆ ਨਹੀਂ ਜਾਂਦਾ ਸਾਡੇ ਤੋਂ ਲੈ ਜਾਓ ਲੁੱਟ ਕੇ ਲੈ ਜਾਓ ਲੁੱਟ ਕੇ ਹੁਣ ਜਾਂ ਸਾਨੂੰ ਸਿੱਧੇ ਹੀ ਪੈ ਗਿਆ ਕੋਈ ਜ਼ਿੰਦਗੀ ਹੈ ਸਾਡੀ ਸਾਡੀ ਜ਼ਿੰਦਗੀ ਹੈ ਕੋਈ ਸਾਡੇ ਜਿਹੜੇ ਮਜ਼ਦੂਰ ਨੇ ਵਿਚਾਰੇ ਖਰਚਿਆਂ 'ਚ ਉਹ ਵੀ ਸਾਡੇ ਕਰਕੇ ਨਹੀਂ ਅਸੀਂ ਵੀ ਖਰਚਿਆਂ 'ਚ ਕੰਮ ਕਰਦੇ ਹਾਂ। ਦੇਖੋ ਸਾਰਾ ਮੁਲਕ ਜੱਟਾਂ ਨੂੰ ਚੰਬੜ ਗਿਆ ਉਹ ਤਿੰਨ ਚਾਰ ਬੰਦੇ ਨੇ ਸਾਨੂੰ ਮੂੰਹ ਤਾਂ ਦਿਖਾਓ ਕਹਿੰਦੇ ਸਾਰਿਆਂ ਨੂੰ ਕੁੱਟ ਕੇ ਬਾਹਰ ਕੱਢੀਆ ਸੀ ਜਿਨ੍ਹਾਂ ਦੇ ਪੱਲੇ ਸਾਨੂੰ ਪਾਉਣ ਤੁਹਾਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹਾ ਕੰਮ ਕਰਦੇ ਹਾਂ ਹੈ ਜਾਨੀ ਬਾਨੀ ਸਾਨੂੰ ਮੂੰਹ ਤਾਂ ਦਿਖਾਓ ਅਸੀਂ ਉਹਨਾਂ ਨੂੰ ਸਾਨੂੰ ਦਿਖਾਓ ਇਹਨਾਂ ਦਾ ਮੂੰਹ ਕਿਹੜੇ ਨੇ ਇਹ ਬੰਦੇ ਅਸੀਂ ਸਾਰਾ ਮੁਲਕ ਤੁਸੀਂ ਵਕਤ 'ਚ ਪਾਇਆ ਪਿਆ ਗਰੀਬ ਜਨਤਾ ਤੁਸੀਂ ਉਹ ਡਾਨੀ ਬਾਨੀ ਹੈਗੇ ਕਿੱਥੇ ਸਾਨੂੰ ਮੂੰਹ ਦਿਖਾਓ ਇਹ ਹੈ ਦੋ ਬੰਦੇ ਨਾ ਸਾਨੂੰ ਪੁੱਛਿਆ ਨਾ ਕਿੱਥੇ ਨਾ ਕੋਈ ਗੱਲ ਨਾ ਬਾਤ ਅਸੀਂ ਨਾ ਤੁਹਾਨੂੰ ਕਮਾ ਕੇ ਦੇ ਨਾ ਤੁਹਾਨੂੰ ਮਾਰ ਦਿਓ ਸਾਡੀ ਦੁਰਾ ਸੀਸ ਹੈ ਜੀ ਮਾਰੂ ਤੁਸੀਂ ਯਾਦ ਰੱਖੋਗੇ ਤੁਸੀਂ ਦਿੱਲੀ ਦਾ ਨਾਂ ਹੀ ਨਹੀਂ ਰਹਿਣਾ ਇੱਥੇ। ਮੈਂ ਤਾਂ ਕਹਿੰਦਾ ਮੋਦੀ ਨੂੰ ਇਹਦੇ ਹੀ ਬੰਦੇ ਕਰ ਲੈ ਬਹੁਤ ਇਹਨੇ ਨਾ ਵੀ ਬਹੁਤ ਜ਼ਿਆਦਾ ਬੀਜ ਲਿਆ ਤੁਹਾਡੇ ਤੋਂ ਇਹ ਨਹੀਂ ਮੁੱਕਣਾ ਇੰਨਾ ਇਹਨੇ ਨਰਕਾਂ ਨੂੰ ਜਾਣ ਵਾਲਾ ਬੀਜ ਬੀਜ ਲਿਆ ਜਿਹੜੇ ਇਹਦੇ ਨਾਲ ਨੇ ਇਹਦੇ ਯਾਰ ਆ ਉਹ ਵੀ ਨਰਕਾਂ ਨੂੰ ਜਾਣਗੇ ਸਿੱਧੀ ਇਹਨਾਂ 'ਚੋਂ ਬਚਣ ਦਾ ਮੁਸ਼ਕਲ ਹੈ। ਦੇਖੋ ਮੇਰੇ ਹਿਸਾਬ ਤਾਂ ਇਹਦਾ ਬਚਣਾ ਬਹੁਤ ਮੁਸ਼ਕਲ ਹੈ। ਆਹ ਜਿਹੜਾ ਹੁਣ ਇਹ ਕੱਲ੍ਹ ਨੂੰ ਅੰਦੋਲਨ ਹੋਣਾ ਹੈ ਕੱਲ੍ਹ ਨੂੰ ਬੰਦ ਹੈ ਸਾਰੇ ਹਿੰਦੁਸਤਾਨ ਦਾ ਮਾਰ ਦੇਗੇ ਮੈਂ ਤਾਂ ਇਹ ਨਾ ਮਾਰਨਾ ਨਹੀਂ ਇਹ ਜੇ ਅਜੇ ਸੁਰਤ ਕਰੇ ਤੇ ਆੜੀ ਇਹਨੂੰ ਬਿਨਾਂ ਪੁੱਛੇ ਸਮਝਾ ਦੇਣ ਜਿੰਨਾ ਜੱਟਾਂ ਦਾ ਹੈਗਾ ਉਹ ਇਹਨਾਂ ਮੂਹਰੇ ਧਰ ਇੱਕੋ ਹੀ ਬਦਲ ਦਾ ਹੀ ਲਾਈਦਾ ਨਹੀਂ ਇਹ ਬਚਣਾ ਬਹੁਤ ਹੀ ਮੁਸ਼ਕਲ ਹੈ ਕਹਿ ਨਹੀਂ ਸਕਦੇ ਇਹਨੂੰ ਮਾਰਨਾ ਨਹੀਂ ਕੁੱਟਣੇ ਪਤਾ ਇਹ ਖਬਰ ਕਿੱਥੇ ਗਈ ਇਹ ਸਾਡੇ ਮਾਲਕ ਕੋਲ ਖਬਰ ਗਈ ਹੁਣ ਉੱਪਰ ਉਹਦੇ ਤੋਂ ਨਹੀਂ ਤੂੰ ਸੁੱਟ ਸਕਦਾ ਸਾਡਾ ਰੱਬ ਮਾਲਕ ਹੈ ਜਿਹੜੇ ਜਿਹਦੇ ਸਿਰ ਤੇ ਅਸੀਂ ਵਸਦੇ ਹਾਂ ਸਾਡਾ ਬਾਬਾ ਨਾਨਕ ਜਿੱਥੇ ਨਾਨਕ ਦਾ ਹਲ ਚੱਲਿਆ ਕਿਵੇਂ ਜ਼ਮੀਨਾਂ ਛੱਡਦੀ ਹੈ ਬੱਲਿਆ। ਹਾਂ ਤੂੰ ਐਂ ਦੱਸ ਅਸੀਂ ਗੁਣ ਨਾਨਕ ਦੇ ਅਸੀਂ ਹੈਗੇ ਸਾਡੇ ਅਸੀਂ ਸਾਡੀ ਅੰਸ਼ ਮਾਰਦੇ ਨੇ
ਉਹਨੇ ਫਿਰ ਉਹਦੇ ਉੱਪਰ ਗੁਰੂ ਨਾਨਕ ਨੇ ਉਹਨੇ ਮੰਨਿਆ ਅੱਬਾ ਲਾਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਸੇ ਸਭ ਜਗ ਉਪਜਿਆ ਕੌਣ ਭਲੇ ਅਸੀਂ ਮੰਦੇ ਮਾਰ ਬਣ ਗਏ ਉਹ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਅਸੀਂ ਅਸੀਂ ਭੈੜੇ ਬਣ ਗਏ ਜਿਹੜੀ ਦਿਨ ਦਾ ਤੂੰ ਸਾਡੇ ਨਾਲ ਐਂ ਕਰ ਬਣਾਓ ਫਿਲਮਾਂ ਸਾਡੀਆਂ ਮੈਂ 80 ਸਾਲ ਦਾ ਮੈਂ ਨੱਕੇ ਵੀ ਛੱਡੂੰਗਾ ਤੁਹਾਨੂੰ ਚਾਹ ਵੀ ਪਿਲਾਉਂਗਾ ਤੁਸੀਂ ਸਾਡੇ ਨਾਲ ਤੁਰੀ ਜਾਇਓ ਤੁਰੀ ਜਾਇਓ ਤੁਹਾਨੂੰ ਪਤਾ ਲੱਗ ਜੂ ਵੀ ਕਿਵੇਂ ਨੱਕੇ ਛੱਡੀਦੇ ਨੇ ਕਿਵੇਂ ਉੱਥੇ ਠੰਡੇ ਪਾਣੀ ਤੇ ਖੜਿਆ ਉੱਧਰ ਸਾਡੇ ਫੌਜੀ ਭਰਾ ਤੁਸੀਂ ਮਰ ਜਾਂਦੇ ਹੱਦਾਂ ਤੇ ਉਹ ਵੀ ਸਾਡੀ ਨੇ ਮੁੰਡੇ ਉਹ ਵੀ ਸਾਡੇ ਮੁੰਡੇ ਨੇ ਉਹ ਤੁਸੀਂ ਅੱਖਾਂ ਉਹਨਾਂ ਕੇ ਨਹੀਂ ਕਰਦੇ ਹੋ ਨਾ ਕਿ ਉਹ ਸਾਡੇ ਤੇ ਆਉਣਗੇ ਉਹ ਨਹੀਂ ਆਉਂਦੇ ਸਾਡੇ ਤੇ ਚੜ ਕੇ ਤੁਸੀਂ ਆਪਦਾ ਫਿਕਰ ਕਰ ਲਓ ਹੁਣ ਤੁਹਾਡੇ ਚੜ ਕੇ ਆਊਗੂ ਰੱਬ ਉਹਦੇ ਕੋਲ ਸਾਡੀ ਹਾ ਬਾਗੀ ਉਹਨੇ ਤਾਂ ਤੁਹਾਨੂੰ ਛੱਡਣਾ ਹੀ ਨਹੀਂ ਇੱਕੋ ਹੀ ਤੁਹਾਡੇ ਹੀ ਇੱਕੋ ਹੀ ਬਦਨ ਦਾ ਹੀਲਾ ਆ ਕੱਲ ਨੂੰ ਬੰਦ ਆਉਣਾ ਮੈਂ ਕਹਿੰਦਾ ਰਾਤ ਨੂੰ ਕਹਿ ਦਿਓ ਜਿਹੜੇ ਸਾਡੇ ਮੂਹਰੇ ਨੇ ਜੜਨਾ ਆ ਲਓ ਜੀ ਅਸੀਂ ਲਿਖ ਦੇਣਾ ਜਿਹੜਾ ਕੋਈ ਤੁਹਾਡਾ ਹੈਗਾ ਬਸ ਤੁਸੀਂ ਘਰਾਂ ਨੂੰ ਜਾਓ ਜਕਾਰੇ ਪਾਉਂਦੇ ਆਹੀ ਤੁਹਾਡਾ ਬਦਨ ਇਸ ਉਮਰ ਦੇ ਵਿੱਚ ਇੱਥੇ ਆਏ ਹੋ ਇਹ ਲੱਗਦਾ ਵੀ ਇਸ ਉਮਰ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਪ੍ਰੋਬਲਮਾਂ ਹੁੰਦੇ ਨੇ ਵੀ ਅਸੀਂ ਕਿੱਦਾਂ ਇੱਥੇ ਰਵਾਂਗੇ ਖੁੱਲੇ ਆਸਮਾਨ ਦੇ ਵਿੱਚ ਨਾ ਹੋਰ ਸੁਣਨਾ ਗੱਲ ਜ਼ਿੰਦਗੀ ਭਰ ਚ ਮੈਨੂੰ ਤਾਪ ਨਹੀਂ ਚੜਿਆ ਇੱਕ ਵਾਰੀ ਚੜਿਆ ਜ਼ਿੰਦਗੀ ਦਾ ਹੋ ਗਏ 40 ਸਾਲ ਜੇ ਕਦੇ ਕੋਈ ਕਿਤੇ ਗੋਲੀ ਦੇ ਮਾੜਾ ਮੋਟਾ ਵੀ ਹੋਣੀ ਉਹਨੂੰ ਕਹਿੰਦਾ ਜਾੜ ਹੱਡ ਪਾ ਨਾ ਕੋਈ ਨਸ਼ਾ ਨਾ ਕੋਈ ਬਿਮਾਰੀ ਨਾ ਕੋਈ ਵੱਡ ਪ੍ਰੈਸ਼ਰ ਨਾ ਕੋਈ ਹੋਰ ਜ਼ਿੰਦਗੀ ਭਰ ਤੋਂ 6 ਸਾਲਾਂ 'ਚ ਇੱਕ ਵਾਰੀ ਵਿਖਾ ਜਿਹੜਾ ਵਿਖਾ ਰਹੇ ਨੇ ਮੋਦੀ ਨੇ ਚੜ੍ਹੇ ਇਹ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਦਾ ਵੀ ਇਹਦਾ ਬਦਲ ਦਾ ਇੱਕੋ ਹੀ ਚਾਂਸ ਹੈ ਜੇ ਇਹ ਲਿਖ ਕੇ ਜੱਟਾਂ ਨੂੰ ਦੇ ਦੇਵੇ ਵੀ ਆਹ ਤੁਹਾਡਾ ਹੋ ਗਿਆ ਨਹੀਂ ਇਹਦਾ ਬਦਲਣਾ ਮੁਸ਼ਕਿਲ ਨਾ ਇਹਦਾ ਨਾ ਦਿੱਲੀ ਦਾ ਦਿੱਲੀ ਦਾ ਨਾਂ ਹੋਰ ਹੀ ਪੈਣਾ ਰਾਜਧਾਨੀ ਪੱਕਾ ਤੜਕੇ ਚਾਰ ਦੇ ਪੈਸੇ ਉਹਦੇ ਹੀ ਨਾਂ ਲੈਂਦੇ ਹਰ ਟਾਈਮ ਕਿਤੇ ਕਹਿੰਦੇ ਅਸੀਂ ਇੱਥੇ ਟੱਲ ਵਜਾਉਂਦੇ ਹਾਂ ਜਾਂ ਗੁਰਦੁਆਰੇ ਜਾਂਦੇ ਹਾਂ ਗੁਰਦੁਆਰੇ ਵੀ ਜਾਂਦੇ ਹਾਂ ਅਸੀਂ ਨਮਾਜ਼ਾਂ ਵੀ ਪੜ੍ਹਦੇ ਹਾਂ ਜਿਹੜੇ ਸਾਡੇ ਭਰਾ ਨੇ ਮੁਸਲਮਾਨ ਉਹ ਨਾਲ ਹੀ ਨੇ ਸਾਰੇ ਹਿੰਦੂ ਸਾਡੇ ਨਾਲ ਨੇ ਜਿਹੜੇ ਜ਼ਿਮੀਦਾਰ ਨੇ ਮੈਂ ਸਾਰਾ ਇਲਾਕਾ ਸਮਝਿਆ ਜਿੰਨੇ ਹਿੰਦੂ ਨੇ ਵਿਚਾਰੇ ਉਹ ਵੀ ਸਾਡੇ ਭਰਾ ਨੇ ਹੈਂ ਉਹ ਤਾਂ ਵਿਚਾਰੇ ਬੋਲਦੇ ਨਹੀਂ ਅਸੀਂ ਇੰਨੇ ਗਰੀਬ ਕਰੇ ਹੋਏ ਨੇ ਨੱਪ ਕੇ ਰੱਖੇ ਹੋਏ ਨੇ ਇਹਨਾਂ ਨੇ ਹੁਣ ਆਪਣੇ ਕਰਕੇ ਅਸੀਂ ਉੱਠੇ ਹਾਂ ਤਾਂ ਉਹ ਵਿਚਾਰੇ ਉੱਠੇ ਨੇ ਉਹ ਥੋੜ੍ਹਾ ਜਿਹਾ ਸਹੀ ਗੱਲ ਆਹ ਗੱਲ ਹੈ ਧਰਮ ਦੀ ਰਾਜਨੀਤੀ ਖੇਡਦਾ ਕਿ ਜੱਟ ਤੇ ਜਾਟ ਨਾਲ ਮੋਦੀਆ ਪੰਗਾ ਪੈਣਾ ਨਹੀਂ ਸਸਤਾ ਤੇਰੀ ਮਰਜ਼ੀ ਹੈ ਤੈਨੂੰ ਸਿੱਧਾ ਸਿੱਧਾ ਪੰਜਾਬੀ 'ਚ ਦੱਸਦਾ ਇਹ ਤੈਨੂੰ ਇਹਨੂੰ ਇਹ ਦੱਸਦਾ ਅਸੀਂ ਸਾਡਾ ਸਾਰਾ ਪੰਜਾਬ ਤੇ ਐਡਾ ਪੰਜਾਬ ਦਾ ਸਾਡੇ ਪਾਕਿਸਤਾਨ ਗਿਆ ਦੂਆ ਆਪਣਾ ਇੱਥੇ ਰਹਿ ਗਿਆ ਦੂਆ ਸਾਡਾ ਭਰਾ ਸਾਡੇ ਨਾਲ ਅੱਡ ਹੋ ਗਿਆ ਸੀ ਵੱਡੇ ਭਰਾ ਇਹ ਛੋਟੇ ਭਰਾ ਹਰਿਆਣੇ ਵਾਲੇ ਆਹ ਜਿਹੜਾ ਸਾਡਾ ਭਰਾ ਰਲ ਗਿਆ ਹੁਣ ਤਾਂ ਸਾਨੂੰ ਫਿਕਰ ਹੀ ਨਹੀਂ ਬਿਲਕੁਲ ਇਹਦਾ ਕਹਿੰਦਾ ਵੱਡੇ ਭਰਾ ਨੂੰ ਕਹਿੰਦਾ ਮੈਂ ਪਹਿਲਾਂ ਮਰੂੰਗਾ ਤੂੰ ਮਗਰੋਂ ਆਈ ਆ ਖੜਾ ਮੂਹਰੇ ਲੱਗਿਆ ਆਵੇ ਕੋਈ ਕਹਿੰਦੇ ਚੈੱਕ ਕਿਹੜਾ ਕਰਦਾ ਇਹ ਮੋਦੀ ਪਹਿਲਾਂ ਤਾਂ ਹਰਿਆਣੇ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਦੋਨੋਂ ਭਾਈਆਂ ਦੇ ਘਰੇ ਕੰਧ ਨਿਕਲ ਜਾਂਦੀ ਹੈ ਪਰ ਜੇ ਕਦੋਂ ਤੀਜਾ ਬੰਦਾ ਉਹਨੂੰ ਨਾ ਆਵੇ ਨਾ ਤੰਗ ਕਰਨ ਜਾਂ ਉਹਦੇ ਦਰ ਤੇ ਆ ਜਾਵੇ ਉਹਨੂੰ ਮਾਰਨ ਦੋਨੋਂ ਭਾਈ ਇਹ ਨਹੀਂ ਦੇਖਦੇ ਵੀ ਸਾਡੇ ਵਿਹੜੇ ਦੇ ਵਿੱਚ ਕੰਧ ਕੱਢੀ ਹੋਈ ਹੈ ਦੋਨੋਂ ਭਾਈ ਇਕੱਠੇ ਹੋਏ ਨੇ ਤੇ ਅੱਜ ਦੋਨੋਂ ਭਾਈ ਤੇ ਅੱਜ ਦੋਨੋਂ ਭਾਈ ਹਰਿਆਣਾ ਤੇ ਪੰਜਾਬ ਇਕੱਠੇ ਹੋਏ ਨੇ ਤੇ ਅੱਜ ਤਾਂ ਚਾਚੇ ਤਾਏ ਦੇ ਮੁੰਡੇ ਵੀ ਇਕੱਠੇ ਹੋ ਗਏ ਯੂਪੀ ਆਪਣੇ ਸਾਰੇ ਮੱਧ ਪ੍ਰਦੇਸ਼ ਹਨਾ ਜਿੱਦਾਂ ਦੇ ਵੀ ਸਾਰੇ ਰਾਜਸਥਾਨ ਵਗੈਰਾ ਸਾਰੇ ਇਹ ਚਾਚੇ ਤਾਏ ਮਾਮੇ ਫੁੱਫੀਆਂ ਦੇ ਮੁੰਡੇ ਵੀ ਅੱਜ ਇਕੱਠੇ ਹੋ ਗਏ ਕਿ ਚੜ੍ਹਦੇ ਵਿੱਚ ਹਰਿਮੰਦਰ ਵੱਜਦਾ ਲਹਿੰਦੇ ਵਿੱਚ ਨਨਕਾਣਾ ਦੁਆ ਕਰੋ ਅਰਦਾਸ ਕਰੋ ਕੋਈ ਵਰਤ ਜਾਵੇ ਨਾ ਭਾਣਾ ਆਪਣੇ ਕੋਈ ਕਮਾਰ ਮਰੂਗਾ ਆਪਣਾ ਸਿੰਘ ਨਾਲੇ ਖਾਂ ਹਿੰਦ ਵਾਲਿਓ ਪਾਕ ਵਾਲਿਓ ਇਹ ਹਾੜਾ ਲੜਿਓ ਨਾ ਉੱਧਰ ਮੇਰੀ ਨਾਨੀ ਰੂਹ ਤੇ ਇੱਧਰ ਮੇਰੀ ਮਾਂ ਉਧਰ ਵੀ ਸਾਡਾ ਲਹਿੰਦਾ ਪੰਜਾਬ ਵੀ ਸਾਡਾ ਆਪਣਾ ਹੀ ਹੈ ਤੇ ਸਾਨੂੰ ਇਹ ਨਾ ਕਿਹਾ ਕਰੋ ਕਿ ਅਸੀਂ ਖਾਲਿਸਤਾਨੀ ਆ ਜਦੋਂ ਹੱਕ ਮੰਗਦੇ ਹਾਂ ਉਦੋਂ ਅਸੀਂ ਖਾਲਿਸਤਾਨੀ ਹੋ ਜਾਂਦੇ ਹਾਂ ਜਦੋਂ ਅਸੀਂ ਆਪਣੇ ਹੱਕ ਮੰਗਦੇ ਹਾਂ ਫਿਰ ਅਸੀਂ ਅੱਤਵਾਦੀ ਹੋ ਜਾਂਦੇ ਹਾਂ ਕਿਉਂ ਬਾਬਾ ਜੀ ਹਾਂ ਉਹੀ ਗੱਲ ਅਸੀਂ ਦੋ ਦਿਨ ਹਰਿਆਣੇ ਵਾਲਿਆਂ ਨੇ ਨਾ ਸਾਨੂੰ ਲਵੇ ਨਾ ਲਾਏ
ਇਹ ਕਹਿੰਦੇ ਜੀ ਤੁਸੀਂ ਤਾਂ ਖਾਸ ਨਾ ਮੈਂ ਅਸੀਂ ਅਨਪੜ੍ਹ ਬੰਦੇ ਆ ਅਸੀਂ ਭਾਈ ਮੁੰਡੇ ਪੜ੍ਹੇ ਲਿਖੇ ਤੇ ਇਹਨਾਂ ਦੇ ਵੀ ਮਿਲ ਗਏ ਬਾਬਾ ਦੂਏ ਦਿਨ ਨੂੰ ਦੁਪਹਿਰ ਤਾਂ ਭਾਈ ਜਕਾਰੇ ਪਾ ਗਏ ਨਿਆਣੇ ਵਾਲੇ ਵੀ ਬਾਹਰ ਨਿਕਲ ਆਏ ਪਰ ਇਹਨਾਂ ਨੇ ਤਾਂ ਇੰਨੀ ਸਾਡੀ ਕਰੀ ਆ ਵੀ ਮੈਂ ਕਹਿੰਦਾ ਇੰਨੀ ਤਾਂ ਕਿਸੇ ਨੇ ਕਰਨੀ ਇਹ ਹੁਣ ਸਾਨੂੰ ਇੰਨਾ ਹੌਸਲਾ ਸਾਡਾ ਛੋਟਾ ਭਰਾ ਹੋਏ ਤਾਂ ਮੂਹਰੇ ਲੱਗ ਗਿਆ ਸਾਡੇ ਤੋਂ ਇਹ ਕਹਿੰਦਾ ਚਾਹੇ ਕੁਛ ਹੋਵੇ ਜਦੋਂ ਅਸੀਂ ਮਰਾਂਗੇ ਸਾਰੇ ਫਿਰ ਆ ਕੇ ਖਾਣ ਇਹਦੇ ਉੱਪਰ ਦੀ ਕੀ ਆ ਫਿਰ ਇਹਨੂੰ ਸ਼ਰਮ ਨਹੀਂ ਆਉਂਦੀ ਆ ਜੀ ਖਾਣ ਪੀਣ ਦੀ ਕੋਈ ਆਉਂਦੀ ਫਿਰ ਇਹ ਗੱਲ ਆ ਹੋਰ ਆ ਗੱਲ ਜਦੋਂ ਉੱਥੇ ਦਮਦਮਾ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਰਫਲ ਇੱਕ ਪੇਸ਼ ਕਰੀ ਸੀ ਨਾ ਸਿੰਘ ਨੇ ਉਹ ਪਿਓ ਪੁੱਤ ਤੇ ਇੱਕ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿਤੇ ਬੈਠੇ ਤੇ ਉਹ ਕਹਿੰਦੇ ਕੀ ਗੱਲ ਕਹਿੰਦੇ ਜੀ ਇੱਕ ਰਫਲ ਆਈ ਹੈ ਉਹ ਟੈਸਟ ਕਰਨੀ ਆ ਉਹ ਦੇਖ ਲਓ ਫਿਰ ਪਿਓ ਪੁੱਤ ਦੋਵੇਂ ਭੱਜੇ ਉਹ ਕਹਿੰਦੇ ਮੇਰੇ 'ਤੇ ਟੈਸਟ ਕਰੋ ਦੂਆ ਕਹਿੰਦਾ ਮੈਂ ਉਹ ਤੂੰ ਹੁਣ ਇੱਥੇ ਸਾਰੇ ਟੈਸਟ ਕਰਨ ਵਾਲੇ ਕਰੀ ਹੁਣ ਕਿਹਦੇ 'ਤੇ ਕਰਨਾ ਟੈਸਟ ਕਰੋ ਸਾਡੇ ਤੋਂ ਸਭ ਤੋਂ ਪਹਿਲਾਂ ਸਾਡੇ 'ਤੇ ਮੇਰੇ 'ਤੇ ਕਰੋ ਜੇ ਤੇਰਾ ਕੋਈ ਫਾਇਦਾ ਆਉਂਦਾ ਸਾਡੇ ਇੱਥੇ ਬੁੱਢੇ ਬੁੱਢੇ ਨੇ ਆਏ ਲੈਣ 'ਚ ਲੱਖਾਂ ਦੇ ਹਿਸਾਬ ਨਾਲ ਤੂੰ ਗਿਣਤੀ ਦੇ ਸਾਡੇ ਤੂੰ ਲੈ ਲੈ ਬੁੱਢੇ ਬੁੱਢੇ ਟੈਸਟ ਕਰ ਲੈ ਸਾਨੂੰ ਅਸੀਂ ਮੁੰਡੇ ਮਗਰੋਂ ਆਉਣਗੇ ਸਾਡੇ ਤੇ ਕਰ ਲਓ ਜਿਹੜਾ ਟੈਸਟ ਕਰ ਲਓ ਅਸੀਂ ਦਿਲੋਂ ਕਹਿੰਦੇ ਅਸੀਂ ਇਹ ਹੁਣ ਜਿਉਂਦੇ ਮਾਤਾ ਰਹੋ ਜੀ ਸਾਡੇ ਬਜ਼ੁਰਗ ਸਾਡੇ 7 ਸਾਲ ਦੇ 9 ਸਾਲ ਦੇ ਛੋਟੇ ਸਾਹਿਬਜ਼ਾਦੇ ਨਹੀਂ ਦਵੇ ਸਾਡੇ 90 ਸਾਲ ਦੇ ਬਜ਼ੁਰਗ ਨਹੀਂ ਦਵੇ ਤੇ ਸਾਡੇ 20 ਸਾਲ ਦੇ ਨੌਜਵਾਨ ਅੱਜ ਸਾਡੇ ਨਾਲ ਖੜੇ ਨੇ ਫਿਰ ਤੂੰ ਕਿੱਦਾਂ ਸੋਚ ਲਏਂਗੀ ਦਿੱਲੀਏ ਸੁਣ ਦਿੱਲੀਏ ਤੇਰੀ ਮਰਜ਼ੀ ਨਹੀਂ ਤੂੰ ਬਾਹਲਾ ਧੱਕਾ ਕਰਦੀ ਨਹੀਂ ਐਂ ਕਿੱਦਾਂ ਖੋਲੇਂਗੀ ਸਾਡੇ ਤੋਂ ਖੇਤ ਤੂੰ ਸਾਡੇ ਆ ਕੇ ਜੱਟ ਦੇਖ ਲੈ ਸੜਕਾਂ ਤੇ ਪਏ ਪੰਜਾਬ ਵਸਾ ਕੇ ਘਰੋਂ ਅੱਖ ਕੇ ਆਏ ਨੇ ਝੰਡਿਆਂ ਦੇ ਕਫਨ ਬਣਾ ਕੇ ਖੱਬਾ ਧੰਨਵਾਦ ਜੀ ਇਹ ਬਾਬਾ ਫਕੀਰ ਸਿੰਘ ਜੀ ਪਹਿਲਾਂ ਮੈਂ ਵੀਡੀਓ ਦੇਖੀ ਸੀ ਵੀਰ ਮੱਟ ਸ਼ੇਰੋਂ ਵਾਲੇ ਨੇ ਪਹਿਲਾਂ ਬਣਾਈ ਸੀ ਉਦੋਂ ਮੈਂ ਪਿੰਡ ਸੀ ਮੇਰੇ ਭਰਾ ਇੱਥੇ ਸਾਰੇ ਸਾਡੇ ਸੁਖਦੇਵ ਸਿੰਘ ਫੌਜੀ ਫਾਸਟ ਜੀ ਸਾਰੇ ਉਦੋਂ ਦੀ ਆਏ ਹੋਏ ਨੇ ਇੱਥੇ ਉਹ ਮੈਂ ਲਿਖ ਕੇ ਵੀ ਪਾਇਆ ਸੀ ਬਾਬਾ ਜੀ ਦਾ ਨਾਂ ਫਕੀਰ ਸਿੰਘ ਆ ਪਿੰਡ ਸੇਕੇ ਆ ਸਾਡਾ ਸੇਕੇ ਪਿੰਡ ਥਾਣਾ ਅਮਰਗੜ੍ਹ ਇਹ ਬਜ਼ੁਰਗ ਸਾਨੂੰ ਇਹ ਜਿਹੜੀਆਂ ਤੁਹਾਨੂੰ ਗੱਲਾਂ ਦੱਸੀਆਂ ਇਹ ਹਮੇਸ਼ਾ ਸੁਣਾਉਂਦੇ ਰਹਿੰਦੇ ਨੇ ਅਸੀਂ ਇਕੱਠੇ ਬਹਿੰਦੇ ਹਾਂ ਸਾਡੇ ਘਰ ਵੀ ਨੇੜੇ ਹੀ ਹੈ ਇਹਨਾਂ ਦਾ ਇਹਨਾਂ ਤੋਂ ਬੜੀ ਸਾਨੂੰ ਸਿੱਖਣ ਨੂੰ ਅਤੇ ਪਿਛਲਾ ਇਤਿਹਾਸ ਸੁਣਨ ਲਈ ਸਾਨੂੰ ਬੜਾ ਮਿਲਦਾ ਇਹ 14-15 ਸਾਲ ਦੇ ਸੀ ਜਦੋਂ ਇਹ ਪਾਕਿਸਤਾਨ 'ਚੋਂ ਗੱਡਿਆਂ ਰਾਹੀਂ ਆਏ ਫਿਰ ਉਹ ਰੇਲ ਗੱਡੀ ਰਾਹੀਂ ਆਏ ਜਿਵੇਂ ਦੱਸਦੇ ਸੀ ਵੀ ਟੋਭਿਆਂ 'ਚ ਪਾਣੀ ਪੀਤਾ ਰੇਲ ਗੱਡੀ ਉੱਥੇ ਖੜ੍ਹੀ ਉਹ ਸਾਰਾ ਕੁਛ ਇਤਿਹਾਸ ਇਹਨਾਂ ਦੇ ਜਵਾਨੀ ਯਾਦ ਆ ਬਿਲਕੁਲ ਇਹ ਅਨਪੜ੍ਹ ਨੇ ਇਹਨਾਂ ਦੇ 2 ਪੋਤੇ ਨੇ ਬੇਟਾ ਬਹੁਤ ਵਧੀਆ ਆਪਦਾ ਰੁਜ਼ਗਾਰ ਇਹ ਹੱਥੀ ਕੰਮ ਅਜੇ ਵੀ ਹੱਥੀ ਮਿਹਨਤ ਕਰਕੇ ਗੁਜ਼ਾਰਾ ਬਸਰ ਕਰਦੇ ਨੇ ਤੁਸੀਂ ਮੌਜੂਦਾ ਸਰਪੰਚ ਮੈਂ ਸਾਬਕਾ ਸਰਪੰਚ ਓਕੇ ਤੇ ਤੁਸੀਂ ਆਪਣਾ ਨੰਬਰ ਇੱਕ ਵਾਰ ਥੋੜਾ ਦੱਸ ਦਿਓ ਤਾਂ ਜੋ ਲੋਕ ਨਾ ਬੜੇ ਚਾਹੁੰਦੇ ਇਹਨਾਂ ਦੀ ਗੱਲਾਂ ਬਾਤਾਂ ਮੈਂ ਦੱਸ ਦਿੰਦਾ ਮੇਰਾ ਇਹਨਾਂ ਦੇ ਨਾਲ ਹੀ ਘਰ ਆ ਸਾਬਕਾ ਸਰਪੰਚ ਆ ਡਾਇਰੈਕਟਰ ਆ PADB ਬੈਂਕ ਤੋਂ ਮਲੇਰਕੋਟਲੇ ਤੋਂ ਮੇਰਾ ਨੰਬਰ ਆ 94-175-039-72 ਦੁਬਾਰਾ ਬੋਲੋ 94-175-039-72 ਜੇ ਬਾਬਾ ਜੀ ਨਾਲ ਕਦੇ ਕੋਈ ਗੱਲ ਕਰਨ ਦੀ ਲੋੜ ਪਵੇ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੱਟ ਸ਼ੇਰੋਂ ਵਾਲੇ ਦਾ ਵੀਰ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਵੀਡੀਓ ਰਾਹੀਂ ਹਮੇਸ਼ਾ ਜਾਗਰਤ ਕਰਨ ਦੀ ਕੋਸ਼ਿਸ਼ ਕਰਦੇ ਨੇ ਮੈਂ ਹਮੇਸ਼ਾ ਇਹਨਾਂ ਨੂੰ ਫਾਲੋ ਵੀ ਕਰਦਾ 2 ਸਾਲ ਤੋਂ ਮੇਰਾ ਕਹਿੰਦੇ ਸਰਗਰਮ ਨੇ ਸੋਸ਼ਲ ਮੀਡੀਆ 'ਤੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵੀ ਨਵੀਆਂ ਨਵੀਆਂ ਗੱਲਾਂ ਸਮਾਜ ਨੂੰ ਲੋਕਾਂ ਨੂੰ ਲਿਆ ਕੇ ਲਿਆਉਂਦੇ ਨੇ ਸ਼ੇਰੋ ਸ਼ੇਰੀ ਬੜੀ ਵਧੀਆ ਗੀਤ ਬੜੇ ਵਧੀਆ ਇਹ ਲਿਖਦੇ ਨੇ ਮੱਟ ਸ਼ੇਰੋਂ ਵਾਲੇ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੱਡਾ ਪਾਣਾ ਜੀ ਮੇਰਾ ਧੰਨਵਾਦ ਕੀਤਾ ਅੱਜ ਮੇਰੇ ਨਾਲ ਬੱਗਾ ਕਬੱਡੀ ਵਾਲਾ ਬੱਗਾ ਸਿੱਧੂ ਹੈ ਨਾ ਸਾਡੇ ਪਿੰਡੋਂ ਮੇਰਾ ਗੁਆਂਢੀ ਉਹ ਵੀ ਆਇਆ ਅਤੇ ਸੋਨੀ ਸਾਡਾ ਪੁਲਿਸ ਦੇ ਵਿੱਚ ਅੱਜ ਕੱਲ੍ਹ SI ਡਿਊਟੀ ਕਰਦਾ ਅਤੇ ਮਿੱਟੂ ਸੰਧੂ ਵੀ ਆਇਆ ਅਤੇ ਉਹ ਕਰੋਰੇ ਨਹੀਂ ਆਏ ਅਤੇ ਹੋਰ ਬਹੁਤ ਸਾਰੇ ਸੁਖਚੈਨ ਸਿੱਧੂ ਹੋਰੀ ਆਏ ਨੇ ਸਾਰੇ ਭੋਲੇ ਹੋਣੀ ਸਾਡੇ ਜਗਰਾਜ ਟੈਣੀ ਹੋਰੀ ਆਏ ਨੇ ਅਤੇ ਮੈਂ ਇਹੀ ਕਹਿੰਦਾ ਕਿ ਅੱਜ ਪੰਜਾਬ ਨੂੰ ਬਚਾ ਲਈਏ ਅਤੇ ਵੱਡੀ ਗੱਲਬਾਤ ਹੈ ਅਤੇ ਬਾਬੇ ਦੀ ਗੱਲਬਾਤ ਸੁਣਨ ਲਈ ਬਾਈ ਹੋਰ ਨਾਲ ਕੰਟੈਕਟ ਕਰ ਲਿਓ ਇਹੋ ਜਿਹੇ ਹੈ ਨਾ ਹੀਰੇ ਜਿਹਨਾਂ ਕੋਲ ਅੱਜ ਪੰਜਾਬ ਦਾ ਇਤਿਹਾਸ ਲੁਕੋ ਰੱਖਿਆ ਜਿਹਨਾਂ ਨੇ ਜਿਹਨਾਂ ਦੇ ਅੰਦਰ ਸਮਾਇਆ ਹੋਇਆ ਜਿਹਨਾਂ ਦਾ ਕੋਈ ਵਟਸਐਪ ਨਹੀਂ ਚੱਲਦਾ ਜਿਹਨਾਂ ਕੋਲ ਕੋਈ ਫੋਨ ਨਹੀਂ ਜਿਹਨਾਂ ਦਾ ਕੋਈ ਸਨੈਪਚੈਟ ਨਹੀਂ ਜਿਹਨਾਂ ਕੋਲ ਇੰਸਟਾਗ੍ਰਾਮ ਨਹੀਂ ਜਿਹਨਾਂ ਕੋਲ ਕੋਈ ਫੇਸਬੁੱਕ ID ਨਹੀਂ ਹੈਗੀ ਅਤੇ ਬਾਈ ਨੇ ਨੰਬਰ ਦੱਸਿਆ ਸੀਗਾ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਤੁਹਾਨੂੰ ਲੱਗਦਾ ਕਿ ਸਾਡੇ ਪੰਜਾਬ ਨੇ ਕਿਹੜੇ ਕਿਹੜੇ ਜ਼ਖਮ ਲਿੱਤੇ ਨੇ ਦਿੱਲੀ ਤੋਂ।